ਚੇਂਜਸ ਜੋ ਕਿ ਐਜੂਕੇਸ਼ਨ ਦੇ ਵਿੱਚ ਹੁਣ ਵੇਖਣ ਨੂੰ ਮਿਲਣਗੇ ਉਸ ਤੋਂ ਪੰਜਾਬ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਜਿਸ ਤੇ ਤੁਸੀਂ ਆਪ ਵੀ ਗਵਾਹ ਹੋ ਵੱਖ-ਵੱਖ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਟੀਚਰਾਂ ਨੂੰ ਕੱਚੇ ਤੋਂ ਪੱਕੇ ਨਵੀਂ ਰਿਕਰੂਟਮੈਂਟ ਅਲੋਟ ਆਫ ਇਨੀਸ਼ੀਏਟਿਵਸ ਹਰ ਪੱਖੋਂ ਜਿਹੜਾ ਪਿਛਲੇ ਡੇਢ ਸਾਲ ਦੇ ਵਿੱਚ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਲਿਆ ਉਸ ਦੇ ਵਿੱਚੋਂ ਇੱਕ ਬਹੁਤ ਅਹਿਮ ਪਹਿਲੂ ਸੀਗਾ ਕਿ ਸਾਡੇ ਟੀਚਰਸ ਦੀ ਟ੍ਰੇਨਿੰਗ ਦਾ ਇਸ ਤੋਂ ਪਹਿਲਾਂ ਜਿਹੜੀ ਟ੍ਰੇਨਿੰਗਾਂ ਹੁੰਦੀਆਂ ਸੀ ਉਹ ਸਿਰਫ ਬਲਾਕ ਲੈਵਲ 'ਤੇ ਜਾਂ ਜ਼ਿਲ੍ਹੇ ਲੈਵਲ 'ਤੇ ਹੁੰਦੀਆਂ ਸੀ ਅਤੇ ਬਹੁਤ ਉਹਦੇ ਵਿੱਚੋਂ ਟੀਚਰਸ ਨੂੰ ਕਦੀ ਵੀ ਕੁਛ ਕੰਸਟਰਕਟਿਵ ਸਿੱਖਣ ਨੂੰ ਨਹੀਂ ਮਿਲਦਾ ਸੀ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇੱਕ ਟ੍ਰੇਨਿੰਗ ਸੈੱਲ ਦਾ ਗਠਨ ਕੀਤਾ ਪਿਛਲੇ ਸਾਲ ਅਤੇ ਲਗਾਤਾਰ ਪਿਛਲੇ ਸਾਲ ਤੋਂ ਸਾਡੇ ਟੀਚਰਸ ਦੇਸ਼ ਵਿਦੇਸ਼ ਦੇ ਬੈਸਟ ਇੰਸਟੀਟਿਊਟਸ ਤੋਂ ਟ੍ਰੇਨਡ ਹੋਣ ਜਾ ਰਹੇ ਆ ਜਿਹਦੇ ਵਿੱਚੋਂ 4 ਬੈਚ ਪ੍ਰਿੰਸੀਪਲਸ ਦੇ ਪੂਰੇ ਪੰਜਾਬ ਦੇ ਵਿੱਚੋਂ ਟੋਟਲ 138 ਪ੍ਰਿੰਸੀਪਲ ਹੁਣ ਤੱਕ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਚੁੱਕੇ ਹੈ ਅਤੇ ਨਾਲ ਹੀ ਹੈੱਡਮਾਸਟਰਸ ਕਿਉਂਕਿ ਹਾਈ ਸਕੂਲ ਦੀ ਜ਼ਿੰਮੇਦਾਰੀ ਹੈੱਡਮਾਸਟਰਸ 'ਤੇ ਹੁੰਦੀ ਹੈ ਇਹ ਦੂਜਾ ਬੈਚ ਅੱਜ ਦੂਜਾ ਬੈਚ 50 ਹੈੱਡਮਾਸਟਰਸ ਦਾ IIM ਅਹਿਮਦਾਬਾਦ ਜੋ ਦੇਸ਼ ਦਾ ਨੰਬਰ 1 ਮੈਨੇਜਮੈਂਟ ਇੰਸਟੀਟਿਊਟ ਹੈ ਉਸ 'ਤੇ ਟ੍ਰੇਨਿੰਗ ਲੈਣ ਜਾ ਰਹੇ ਹੈ ਇਹ ਇੱਕ ਵੱਡੀ ਉਪਲਬਧੀ ਹੈ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਚਾਹੇ ਉਹ ਨਤੀਜੇ ਹੋਣ ਇਸ ਵਾਰ ਦੇ ਜਿਹੜੇ ਬੋਰਡ ਦੀ ਪ੍ਰੀਖਿਆਵਾਂ ਸੀਗੀਆਂ ਉਹ ਕੋਵਿਡ ਤੋਂ ਬਾਅਦ ਪਹਿਲਾ ਪ੍ਰੋਪਰ ਐਗਜ਼ਾਮ ਹੋਏ ਹਾਲਾਂਕਿ ਬਾਕੀ ਸਟੇਟਸ ਦੇ ਵਿੱਚ ਰਿਜ਼ਲਟ ਮਾੜੇ ਆ ਕਿਉਂਕਿ ਬੱਚਿਆਂ ਨੇ ਮੋਬਾਈਲ 'ਤੇ ਪੇਪਰ ਦਿੱਤੇ ਪਿਛਲੇ 2 ਸਾਲਾਂ ਤੋਂ ਪੇਪਰ ਦੇਣ ਦਾ ਜਿਹੜਾ ਉਹਨਾਂ ਦਾ ਫਲੋ ਨਹੀਂ ਬਣ ਪਾਇਆ ਸੀ ਪਰ ਡਿਸਪਾਈਟ ਇਸ ਵਾਰੀ ਅਸੀਂ ਮਿਸ਼ਨ 100% ਚਲਾਇਆ ਸੀ ਪੰਜਾਬ ਨੇ ਸਭ ਤੋਂ ਸ਼ਾਨਦਾਰ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਅਗਰ ਨਤੀਜਾ ਦਿੱਤਾ ਉਹ ਇਸ ਸਾਲ ਦਿੱਤਾ ਹਾਈਐਸਟ ਨੰਬਰ ਆਫ ਸਟੂਡੈਂਟਸ ਸਰਕਾਰੀ ਸਕੂਲਾਂ 'ਚੋਂ ਨੀਟ ਦੇ ਵਿੱਚ JEE ਦੇ ਵਿੱਚ ਇਸ ਸਾਲ ਗਏ ਨੇ ਅਤੇ ਅਗਲੇ ਸਾਲ ਅਸੀਂ ਆਪਣੇ ਨਤੀਜੇ ਹੋਰ ਬੈਟਰ ਕਰਾਂਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇਸ ਫੋਰਨ ਟ੍ਰੇਨਿੰਗਸ ਦੇ ਨਾਲ ਜਿੱਥੇ ਇਹਨਾਂ ਦੇ ਸਕੂਲਾਂ ਦੇ ਵਿੱਚ ਬਹੁਤ ਚੇਂਜਿਸ ਆਉਂਦਾ ਸਾਡੇ ਪ੍ਰਿੰਸੀਪਲ ਸਾਡੇ ਹੈੱਡਮਾਸਟਰ ਦਾ ਤੁਸੀਂ ਕੋਨਫੀਡੈਂਸ ਅੱਜ ਵੀ ਦੇਖਿਆ ਕੋਨਫੀਡੈਂਸ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਉਂਦੀ ਐਕਸਪੋਜ਼ਰ ਆਉਂਦਾ ਨਾਲ ਹੀ ਉਸ ਸਕੂਲ ਦੇ ਆਸ ਪਾਸ ਦੇ ਇਲਾਕੇ ਦੇ ਵਿੱਚ ਇੱਕ ਵਿਸ਼ਵਾਸ ਆਉਂਦਾ ਅਤੇ ਉੱਥੋਂ ਲੋਕ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਉੱਥੇ ਦਾਖਲੇ ਵਧੇ ਹੈ ਅਸੀਂ ਰਿਕਾਰਡ ਦਾਖਲਾ ਜਿਹੜਾ ਹੈ 17% ਤੋਂ ਵੱਧ ਦਾਖਲਾ ਇਹ ਰਿਕਾਰਡ ਹੈ ਜੀ ਪੂਰੇ ਦੇਸ਼ ਕਦੀ ਨਹੀਂ ਹੋਇਆ ਹੋਊਗਾ ਜਿਹੜੀ ਪਹਿਲੀ ਕਲਾਸ ਹੈ ਨਰਸਰੀ ਪ੍ਰੀ ਪ੍ਰਾਇਮਰੀ 1 17% ਤੋਂ ਵੱਧ ਦਾਖਲੇ ਵਧੇ ਹੈ ਜਿਸ ਨੂੰ ਪੰਜਾਬ ਦਾ ਸਭ ਤੋਂ ਪਿਛੜਿਆ ਇਲਾਕਾ ਕਹਿੰਦੇ ਸੀ ਤਰਨ ਤਾਰਨ ਉਹਦੇ ਵਿੱਚ 25% ਪਿਛਲੇ ਸਾਲ ਨਾਲੋਂ 25% ਦਾਖਲੇ ਪਹਿਲੀ ਕਲਾਸ 'ਚ ਵਧੇ ਹੈ ਜਿੰਨੀ ਬਾਰਡਰ ਬੈਲਟ ਹੈ ਉੱਥੇ ਹਾਈਐਸਟ ਇਨਕਰੀਜ਼ ਹੈ ਦਾਖਲਿਆਂ 'ਚ ਕਿਉਂਕਿ ਇਸ ਦਾ ਮਤਲਬ ਉੱਥੇ ਪ੍ਰਾਈਵੇਟ ਸਕੂਲਾਂ ਦੀ ਵੀ ਘਾਟ ਸੀ ਲਿਟਰੇਸੀ ਰੇਟ ਬਹੁਤ ਡਾਊਨ ਸੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਪੰਜਾਬ ਦਾ ਭਵਿੱਖ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਦੇ ਉੱਤੇ ਨਿਰਭਰ ਹੈ ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਹੇਠ ਪੰਜਾਬ ਦਾ ਭਵਿੱਖ ਬਹੁਤ ਉਜਵਲ ਹੈ ਮੈਂ ਤੁਹਾਨੂੰ ਇੱਕ ਸਾਨੂੰ ਹੋਰ ਬੇਨਤੀ ਸਾਨੂੰ ਦੱਸ ਦਈਏ ਤੁਸੀਂ ਅੱਜ ਆਪ ਇਹਨਾਂ ਸਾਰੇ ਹੈੱਡਮਾਸਟਰਸ ਦੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਦਾ ਕੋਨਫੀਡੈਂਸ ਦੇਖਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹਜੇ ਕੁਛ ਬੈਚ ਹੋਰ ਜਾਣੇ ਆ ਜਦੋਂ ਇਹਨਾਂ ਦਾ ਅੰਕੜਾ ਹੋ ਗਿਆ ਤਾਂ ਇੱਕ ਜੁਆਇੰਟ ਸੈਸ਼ਨ ਰੱਖਾਂਗੇ ਅਤੇ ਤੁਹਾਨੂੰ ਸਭ ਨੂੰ ਇਹ ਵੀ ਦੱਸਾਂਗੇ ਕਿ ਕਿਵੇਂ ਕਿਸ ਸਕੂਲ ਦੇ ਵਿੱਚ ਕੀ ਤਬਦੀਲੀ ਆਈ ਹੈ ਮੰਤਰੀ ਜੀ ਆ ਸਿੰਗਾਪੁਰ ਦੇ ਵਿੱਚ ਜਿਹੜੀ ਟ੍ਰੇਨਿੰਗ ਹੈ IIM ਅਹਿਮਦਾਬਾਦ ਦੇ ਵਿੱਚ ਜਿਹੜੀ ਟ੍ਰੇਨਿੰਗ ਹੈ ਇਹ ਮਾਡਲ ਪੰਜਾਬ ਦੇ ਜਿਹੜੇ ਸਿੱਖਿਆ ਦਾ ਸਤਰ ਹੈ ਇਸ ਦੇ ਵਿੱਚ ਕੀ ਤਬਦੀਲੀ ਲੈ ਕੇ ਆਉਂਦੇ ਮੈਂ ਤੁਹਾਨੂੰ ਜਿਵੇਂ ਦੱਸਿਆ ਜੀ ਤੁਹਾਨੂੰ ਬਹੁਤ ਜਲਦੀ ਅਗਲੇ ਮਹੀਨੇ ਇੱਕ ਜੁਆਇੰਟ ਸੈਸ਼ਨ ਜਿੰਨੇ ਪ੍ਰਿੰਸੀਪਲ ਸੀ ਜਦੋਂ ਇਹ ਵਾਲਾ ਬੈਚ ਵੀ ਆ ਗਿਆ ਪਲੱਸ ਉਹਨਾਂ ਦੇ ਸਕੂਲਾਂ ਦਾ ਇੱਕ ਜੁਆਇੰਟ ਸੈਸ਼ਨ ਰੱਖਾਂਗੇ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿਉਂਕਿ ਇੱਕ ਇੱਕ ਸਕੂਲਾਂ 'ਚ ਕਈ ਸਕੂਲਾਂ 'ਚ ਤਾਂ ਮੈਂ ਵਿਜ਼ਿਟ ਕਰ ਲਿਆ ਪਰ ਇੱਕ ਜੁਆਇੰਟ ਸੈਸ਼ਨ ਰੱਖ ਕੇ ਤੁਹਾਨੂੰ ਦੱਸਾਂਗੇ ਕਿ ਉਹਨਾਂ ਦੇ ਤਜਰਬੇ ਕੀ ਹੈ ਅਤੇ ਕੀ ਉਹਨਾਂ ਦੇ ਸਕੂਲਾਂ 'ਚ ਸੁਧਾਰ ਆਇਆ ਨਤੀਜਿਆਂ 'ਚ ਦਾਖਲਿਆਂ ਦੇ ਵਿੱਚ ਅਤੇ ਡੇ ਟੂ ਡੇ ਪ੍ਰੈਕਟਿਸਿਸ ਮੈਂ ਤੁਹਾਨੂੰ ਜੀ ਇੱਕ ਬੜੀ ਗੱਲ ਕਲੀਅਰ ਕਹਿ ਦੇਵਾਂ ਮੇਰੀ ਡਿਊਟੀ ਮੇਰੇ CM ਨੇ ਮੇਰੇ ਬੌਸ ਨੇ ਸਿੱਖਿਆ 'ਤੇ ਲਾਈ ਹੈ ਅਤੇ ਮੈਨੂੰ ਲੱਗਦਾ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਤੁਸੀਂ ਸਭ ਤੋਂ ਸੁਣੇ ਸੀ ਮੈਨੂੰ ਨਹੀਂ ਲੱਗਦਾ ਸਾਡੇ ਮਾਨ ਸਾਹਿਬ ਨੇ ਕੋਈ ਵੀ ਕਸਰ ਛੱਡੀ ਹੈ ਕੋਈ ਵੀ ਕਸਰ ਜਿਹੜੇ ਗਵਰਨਰ ਸਾਹਿਬ ਨੇ ਜੋ ਪੁੱਛਿਆ ਸੀਗਾ ਮਾਨ ਸਾਹਿਬ ਨੇ ਕੋਈ ਵੀ ਕਸਰ ਨਹੀਂ ਛੱਡੀ ਮੈਨੂੰ ਲੱਗਦਾ ਕਿ ਜਿਹਨੂੰ ਜਵਾਬ ਚਾਹੀਦਾ ਸੀ ਉਹ ਜਵਾਬ ਜਿਹੜਾ ਹੈ ਦਰੁਸਤ ਮਿਲ ਗਿਆ ਮੈਂ ਦੇਖੋ ਜੀ ਜਿਨ੍ਹਾਂ ਦੇ ਆਪਣੇ ਘਰ 'ਚ ਅੱਗ ਲੱਗੀ ਹੋਵੇ
जिन्हां दे अपने वो दूजियां दे उत्ते सलावां देंदे चंगे नहीं लगदे, पता नहीं किन्ने उन्हां दे शायद मोबाइल मोबाइल बंद है उन्हां दे स्टेट च, कल भी फिर हाँ है ना, इस करके वो देना नहीं मैनू लगदा। इस करके सीएम साहब ने कल हर गल दा ढुकवां जवाब दिता, तो ऑलवेज तुसीं क्योंकि हमेशा सीएम साहब अज भी उन्हें इतने आना से अज भी वो जिहड़े साढ़े शहीद होए आ उन्हां दे घर च गए आ, ही इज ऑलवेज अवेलेबल, कोई भी तुसीं गल उन्हां तों पुछ सकदे। जिहड़े प्रिंसीपल रह गए सिंगापुर जाण तों इलावा, मैं तुहानूं एक चीज़ जिहड़ा जिहड़ा विशा जिहदे ते आपां नूं गल करनी चाहीदी है, एक यूपी दे स्कूल दे विच एक बड़ी मंदभागी घटना हुई है। भारत जिहड़ा साडा देश है, पंजाब, ये साढ़े देश की साढ़े सूबे की यही खूबसूरती है। उस तो बाद दे दिने, उस तो बाद साढ़े देश की यही खूबसूरती है जी कि असी सब धर्मां दा सब जातियां दा सुमेल है। खास करके साढ़े गुरु नानक बाबे ने कहा कि मानस की सब की जात एक है, हर धर्म यही सिखाता है। सिख धर्म दिन का शुरुआती एक ओंकार तो होंगी है, तो वह जी घटना, तो जे अगर स्कूलों के ही आप नफरत पढ़ावे तो देश बहुत गलत रस्ते पर जाऊगा। इस दे उत्ते विचार करते हुए असी एक फैसला लिया कि मॉर्निंग असैम्बलीज दे विच, पंजाब दे सरकारी स्कूलों च रोज़ मॉर्निंग असैम्बली होंदी है, उस दे 10 मिनट कोई ना कोई इदां दा भजन ते कोई ना कोई इदां दी एक्टिविटी जिहड़ा देश नूं तोड़न वास्ते ना होवे, देश नूं जोड़न वास्ते। सब प्रिंसीपल नूं भेजा जा रहा सी सिंगापुर ते होर बैच बाकी हैगा? हाँ हैगी है जी, हैगी, तां उह करांगे। स्कूल सिक्ख्या विभाग जिहड़ा है वो डील करदा असी अकैडमिक्स दे विच, पढ़ाई दे विच या स्कूलां दी बैटरमेंट, जिन्ना भी कंस्ट्रक्शन एक्टिविटीज उत्थे चल रही सी वो आउटर एजेंसीज PWD रूरल डिवेलपमेंट कर रही सी, असी उन्हां नूं जिन्ने वो फंड मंगदे उही डिजाइन बनांदे आ, उही स्कोप ऑफ वर्क डिसाइड करदे आ, जिन्ने वो फंड मंगदे आ उही टेंडर अलॉट करदे वो करदे आ, वो उन्हां दी जिम्मेदारी है। पर असी इस वक्त के लिए बहुत ही मंदभागी घटना हुई है, इट्स अ डीप लॉस, ठीक है जी, असी नहीं चाहते कि कभी भी दोबारा इदां दी कोई हादसा होवे, इस करके ऑलरेडी असी गाइडलाइनस SOPs कर दी, जिन्हें भी अनसेफ स्ट्रक्चर्स ने उन्होंने आइडेंटीफाई करके, क्योंकि दैट इज़ द ड्यूटी ऑफ PWD, उन्होंने आप डिमोलिश करिए। तो सैकेंड, जिथे जिथे कंस्ट्रक्शन चल रही है उत्थे जो जो कंस्ट्रक्शन के पैरामीटर्स फॉलो होने चाहिए है वो असी फॉलो करने लिए करते हैं। यूपी के एक स्कूल में बहुत ही मनभागी घटना हुई है। हमारे देश में हमें हर धर्म ये सिखाता है कि मानवता एक है, और अगर स्कूल ही नफरत फैलाएंगे तो बाकी जगह से क्या उम्मीद होगी। तो इस विषय पर हमने ये फैसला लिया कि पंजाब के सरकारी स्कूलों में हर रोज़ जो मॉर्निंग असेंबली होती है उसमें 10 मिनट यूनिटी के ऊपर, देश की एकता के ऊपर, मानवता के ऊपर, इंसानियत के ऊपर उसके ऊपर भजन होंगे और असेंबली में प्रैक्टिसेस होंगी, ताकि बच्चों में देश के प्रति एकता और हर धर्म के प्रति सत्कार, हर जाति के प्रति सत्कार का सहाय। मैं आपको बता दिया उस मामले के ऊपर हमारे माननीय मुख्यमंत्री भगवंत मान जी ने हर मुद्दे पर जवाब दे दिया, आप उनसे पूछ।